ਦਿੱਲੀ ਮਨੋਰਟੀ ਕਮਿਸ਼ਨ ਵੱਲੋਂ ਵਿਗਿਆਨ ਭਵਨ ਵਿਖੇ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮਨੋਰਟੀ ਦੇ ਵੱਖ ਵੱਖ ਖੇਤਰਾਂ ਨਾਲ ਸੰਬੰਧਿਤ ਜਥੇਬੰਦੀਆਂ ਅਤੇ ਸੁਸਾਇਟੀਆਂ ਨੂੰ ਅਵਾਰਡ ਦਿੱਤੇ ਗਏ, ਜਿਸ ਵਿੱਚ ਕਈ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ। ਆਓ ਵੇਖਦੇ ਹਾਂ ਉਸ ਅਵਾਰਡ ਦੀਆਂ ਕੁਝ ਝਲਕੀਆਂ। ਕੁਲਦੀਪ ਸਿੰਘ ਛੰਨਾ, ਜਸਟ ਲੀਵ ਦ ਸਟੇਜ ਸੋ ਬਿਕਾਜ਼ ਯੂ ਡੂ ਨਾਟ ਕੈਰੀ ਐਨੀਬਡੀ ਐਲਸਸ ਅਹਿੰਸਾ ਵਿਸ਼ਵ ਭਾਰਤੀ, ਮੈਂ ਐਨਜੀਓਸ ਕੇ ਨਾਮ ਬੁਲਾ ਰਹੀ ਹੂੰ ਕਿਉਂਕਿ ਹਮਨੇ ਇਨ੍ਹੇ ਇੱਧਰ ਦੇਖੋ ਸਰ, ਅਰੇ ਇੰਡੀਅਨ ਸੋਸ਼ਲ ਇੰਸਟੀਟਿਊਟ ਆਈਐਨਟੀ ਅਭੀ ਕੁਛ ਔਰ ਦੋ ਕੈਟੇਗਰੀਜ਼ ਕੇ ਅਵਾਰਡਸ ਸੇ ਕਾਇੰਡਲੀ ਰਿਸੀਵ।